ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਂ ਹੈ ਧਰਮਜੀਤ ਸਿੰਘ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮਾਡਰਨ ਐਗਰੀਕਲਚਰ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ। ਅੱਜ ਆਪਾਂ ਗੱਲ ਕਰਾਂਗੇ ਜੀ ਕਰੇਲੇ ਬਾਰੇ, ਕਰੇਲੇ ਨੂੰ ਬੰਨਣ ਦੇ ਤਰੀਕੇ ਬਾਰੇ, ਅਤੇ ਜਾਂ ਇਸ ਮੈਂ ਕਿਹੜੀ ਚੀਜ਼ ਦੀ ਵਰਤੋਂ ਕਰਦਾ ਉਸ ਬਾਰੇ, ਇਹ ਲਾਈਨ ਤੋਂ ਲਾਈਨ ਇਸ ਦੀ ਡਿਸਟੈਂਸ ਕਿੰਨੀ ਹੈ ਜੀ, ਉਹ ਸਾਰੀ ਮੈਂ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ। ਤਾਂ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ। ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਤਾਂ ਕਿ ਜਿਹੜੇ ਜਿਹੜੇ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਉਹਨਾਂ ਤੱਕ ਇਹ ਵੀਡੀਓ ਜਿਹੜੀ ਸਾਡੀ ਪਹੁੰਚ ਸਕੇ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਜੀ ਮੈਂ ਕਿਹੜੀ ਚੀਜ਼ ਦੀ ਇਸ ਨੂੰ ਵਰਤੋਂ ਕਰਦਾ ਹਾਂ ਜੀ। ਉਹ ਹੈ ਜੀ ਸਾਡੀ ਇਹ ਰੱਸੀ ਹੈ ਜਿਹੜੀ ਪੋਲੀ ਹਾਊਸ ਦੇ ਵਿੱਚ ਵਰਤੀ ਜਾਂਦੀ ਹੈ ਜੀ। ਇਹ ਸਾਨੂੰ 250 ਰੁਪਏ ਪਰ ਕੇ ਜੀ ਜਿਹੜੀ ਇਹ ਕੋਸਟ ਕਰਦੀ ਹੈ ਜੀ। ਤਾਂ ਇੱਕ ਏਕੜ 'ਤੇ ਇਹ ਸਾਡੀ 10 ਤੋਂ 15 ਕਿਲੋ ਜਿਹੜੀ ਇਹ ਰੱਸੀ ਦੀ ਵਰਤੋਂ ਅਸੀਂ ਕਰਦੇ ਹਾਂ, ਜਾਂ ਇੰਨੀ ਸਾਨੂੰ ਜ਼ਰੂਰਤ ਪੈਂਦੀ ਹੈ ਜੀ। ਇਹ ਇੰਨੀ ਮਜ਼ਬੂਤ ਹੈ ਕਿ ਟੁੱਟਦੀ ਨਹੀਂ ਜੀ। ਇਹ ਕਰੀਬ ਕਰੀਬ 80 ਤੋਂ 100 ਕਿਲੋ ਦੇ ਕਰੀਬ ਇਹ ਮੇਰੇ ਅੰਦਾਜ਼ੇ ਨਾਲ ਵੇਟ ਹੈ ਜਿਹੜਾ ਉਹ ਹੋਲਡ ਕਰ ਸਕਦੀ ਹੈ। ਤਾਂ ਇਹ ਧੁੱਪ ਦੇ ਨਾਲ ਖਰਾਬ ਨਹੀਂ ਹੁੰਦੀ, ਇਹ ਸਾਡਾ 1 ਸਾਲ ਦੇ ਕਰੀਬ ਕਰੀਬ ਸਾਡਾ ਬਹੁਤ ਵਧੀਆ ਇਹ ਚੱਲ ਜਾਂਦੀ ਹੈ ਜੀ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਮੈਂ ਪੋਲ ਤੋਂ ਪੋਲ ਹੈ ਜਿਹੜਾ, ਜਾਂ ਮਾਸ ਤੋਂ ਮਾਸ ਤੁਸੀਂ ਕਹਿ ਲਓ ਵੀ ਕਿੰਨੀ ਡਿਸਟੈਂਸ ਹੈ ਜੀ, ਇੱਕ ਮਾਸ ਤੋਂ ਦੂਸਰੇ ਮਾਸ ਤੱਕ ਸਾਡਾ ਜਿਹੜਾ ਇਹ 15 ਤੋਂ 16 ਫੁੱਟ ਦਾ ਵਾਇਆ ਹੈ ਜੀ। ਅਤੇ ਲਾਈਨ ਤੋਂ ਜਿਹੜੀ ਮੇਰੀ ਡਿਸਟੈਂਸ ਹੈ ਜੀ, ਇਹ 6 ਤੋਂ 7 ਫੁੱਟ ਦੇ ਕਰੀਬ ਰੱਖੀ ਹੈ। ਪੌਦੇ ਤੋਂ ਪੌਦਾ ਜਿਹੜਾ 1.5 ਫੁੱਟ ਦੇ ਕਰੀਬ ਹੈ ਜੀ। ਤਾਂ ਇਹ ਇਸ ਦੇ ਨਾਲ ਇਹ ਜਿਹੜਾ ਪਿਛਲੇ ਸਾਲ ਮੈਂ ਲਗਾਇਆ ਸੀ ਜੀ, ਉਹ ਮੇਰਾ ਪੌਦੇ ਲਾਈਨ ਤੋਂ ਲਾਈਨ ਜਿਹੜੀ ਡਿਸਟੈਂਸ ਉਹ 5 ਫੁੱਟ ਸੀ। ਤਾਂ ਥੋੜ੍ਹੀ ਜਿਹੀ ਵੈਂਟੀਲੇਸ਼ਨ ਦੀ ਵਿੱਚ ਦਿੱਕਤ ਆਈ ਸੀ ਜੀ, ਕਿ ਗਰਮੀਆਂ ਦੇ ਵਿੱਚ ਸਾਨੂੰ ਗਰਮੀ ਜਿਹੜੀ ਜ਼ਿਆਦਾ ਹੋਣ ਕਰਕੇ ਫਰੂਟ ਡਰੋਪ ਹੁੰਦਾ ਸੀ, ਅਤੇ ਫਰੂਟ ਹੈ ਜਿਹੜਾ ਉਹ ਉਸਦੀ ਥੋੜ੍ਹੀ ਜਿਹੀ ਪ੍ਰੋਡਕਸ਼ਨ ਜਿਹੜੀ ਘੱਟ ਸੀ। ਇਸ ਕਰਕੇ ਅਸੀਂ ਇਸ ਵਾਰ ਜਿਹੜੀ ਲਾਈਨ ਟੂ ਲਾਈਨ ਡਿਸਟੈਂਸ ਹੈ ਜੀ ਉਹ ਥੋੜ੍ਹੀ ਜਿਹੀ ਵਧਾਤੀ ਹੈ, ਕਿਉਂਕਿ ਹਵਾ ਜਿਹੜੀ ਵਿੱਚੋਂ ਦੀ ਕ੍ਰੋਸ ਹੋ ਗਈ ਅਤੇ ਵੈਂਟੀਲੇਸ਼ਨ ਜਿਹੜੀ ਦੀ ਪ੍ਰੋਪਰ ਹੋ ਸਕੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੂੰ ਸਟੇਕਿੰਗ ਕਰਨ ਅਤੇ ਇਸ ਨੂੰ ਉੱਪਰ ਵਾਸਾਂ 'ਤੇ ਚੜ੍ਹਾਉਣ 'ਤੇ ਆਪਣਾ ਟੋਟਲ ਕਿੰਨਾ ਖਰਚਾ ਆਉਂਦਾ ਹੈ ਜੀ। ਜੇ ਤਾਂ ਤੁਸੀਂ ਵਾਸ ਵਗੈਰਾ ਨਵੇਂ ਲੈਣੇ ਆ, ਸਾਰਾ ਕੁਝ ਇੰਕਲੂਡਡ ਕਰਕੇ ਤੁਹਾਡਾ 15 ਤੋਂ 20 ਹਜ਼ਾਰ ਰੁਪਏ ਪਰ ਏਕੜ ਦਾ ਖਰੜਾ ਇੱਕ ਵੱਡਾ ਜਿਹੜਾ ਖਰਚਾ ਉਹ ਆਏਗਾ। ਅਤੇ ਜਿਹੜੇ ਇਹ ਵਾਸ ਹੈ ਜਿਹੜੇ ਅਸੀਂ ਦੇਖ ਸਕਦੇ ਹੋ, ਮੇਰੇ ਇਸ ਵਾਰ 4 ਸਾਲ ਦੇ ਕਰੀਬ ਯੂਜ਼ ਹੋਣੇ ਨੇ ਜੀ। ਤਾਂ ਇਹਨਾਂ ਨੂੰ ਥੱਲਿਓਂ ਜਦੋਂ ਅਸੀਂ ਗੱਡਣਾ ਹੁੰਦਾ ਜ਼ਮੀਨ 'ਚ, ਤਾਂ ਇਸ ਤੋਂ ਉੱਪਰ ਪੋਲੀਥੀਨ ਦੀ ਸ਼ੀਟ ਪਾਉਣੀ ਪੈਂਦੀ ਹੈ ਸਾਨੂੰ, ਜਾਂ ਕਹਿ ਲਓ ਪੋਲੀਥੀਨ ਦਾ ਲਿਫਾਫਾ ਲਾ ਸਕਦੇ ਹਾਂ। ਕੁਝ ਲੋਕ ਇਸ ਨੂੰ ਲੁੱਕ ਦੇ ਵਿੱਚ ਜਿਹੜੀ ਆਪਾਂ ਸੜਕਾਂ 'ਤੇ ਯੂਜ਼ ਕਰਦੇ ਹਾਂ, ਲੋਕ ਉਸ ਦੇ ਵਿੱਚ ਡੁਬੋ ਕੇ ਵੀ ਲਗਾਉਂਦੇ ਨੇ, ਕਿਉਂਕਿ ਇਹ ਜਿਹੜਾ ਥੱਲਿਓਂ ਇਹ ਗਲੇ ਨਾ। ਇਹ ਵਾਲੇ ਜਿਹੜੀ ਰੱਸੀ ਹੈ ਜੀ, ਜਿਹੜੀ ਅਸੀਂ ਇਸ ਤਰੀਕੇ ਨਾਲ ਬੰਨਦੇ ਹਾਂ ਜੀ, ਇੱਧਰ ਨੂੰ ਅਸੀਂ ਪੋਲ ਦੀ ਹਾਈਟ ਦੇ ਹਿਸਾਬ ਦੇ ਨਾਲ 6 ਤੋਂ 7 ਰੱਸੀਆਂ ਜਿਹੜੀਆਂ ਜੀ ਲੰਬੇ ਰੋਕ ਨੂੰ ਬੰਨਣੀਆਂ ਨੇ। ਤਾਂ ਇਹ ਵਾਲੀ ਜਿਹੜੀ ਹੈਗੀ ਹੈ ਜੀ ਸਾਡੀ ਉੱਪਰ ਤੋਂ ਥੱਲੇ ਨੂੰ ਜਿਹੜੀ ਰੱਸੀ ਹੈ ਜੀ, ਇਹ ਸਾਡੀ ਜਿਹੜੀ ਇਹ ਪੌਦੇ ਤੋਂ ਪੌਦੇ ਦੇ ਕਰੀਬ ਅਸੀਂ ਬੰਨਦੇ ਹਾਂ 1.5 ਫੁੱਟ ਦੇ ਕਰੀਬ, ਜਿਸ 'ਤੇ ਸਾਨੂੰ ਬਾਅਦ ਵਿੱਚ ਲੋੜ ਜਾਂ ਜ਼ਰੂਰਤ ਮਹਿਸੂਸ ਹੋਵੇ ਤਾਂ ਅਸੀਂ ਇਸ ਦੇ ਵਿੱਚ ਇੱਕ ਜਿਹੜੀ ਲਾਈਨ ਉਹ ਫਿਰ ਪਾ ਦਿੰਦੇ ਹਾਂ। ਤਾਂ ਇਹ ਜਿਹੜੀ ਸਾਡੀ ਰੱਸੀ ਹੈ ਜੀ, ਇਹ ਤੁਸੀਂ 3 ਤੋਂ 4 ਜਿਹੜੇ ਤੁਹਾਡੇ ਹੈਲਪਰ ਹੈ ਜਾਂ ਤੁਸੀਂ ਤੁਹਾਡੀ ਕਿਹੜੀ ਲੇਬਰ ਹੈ, ਉਹ 4 ਜਣੇ ਹੋਣ ਤਾਂ ਉਹ 1-2 ਦਿਨ 'ਚ ਇਸ ਨੂੰ ਬੰਨ ਸਕਦੇ ਨੇ ਜੀ। ਮਤਲਬ 1 ਦਿਨ 'ਚ ਉਹ 1/2 ਏਕੜ ਦੇ ਕਰੀਬ ਇਸ ਨੂੰ ਕਵਰ ਕਰ ਲੈਂਦੇ ਨੇ। ਤਾਂ ਇਹ ਜਿਹੜੀ ਰੱਸੀ ਹੈ ਜਿਹੜੀ, ਇਹ ਮੈਂ ਤਾਂ ਇਸ ਵੇਲੇ ਅੰਮ੍ਰਿਤਸਰ ਤੋਂ ਹੀ ਲਈ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸਾਨੂੰ ਇਹ ਵਾਸ ਲਗਾਉਣ ਦਾ ਜਾਂ ਇੰਨਾ ਖਰਚਾ ਕਰਨ ਦਾ ਫਾਇਦਾ ਕੀ ਹੈ ਜੀ। ਨੰਬਰ ਪਹਿਲਾ ਫਾਇਦਾ ਮੈਂ ਗੱਲ ਕਰਦਾ ਕਿ ਜਿਵੇਂ ਸਾਡਾ ਬਰਸਾਤ ਜ਼ਿਆਦਾ ਹੋ ਜਾਂਦੀ ਹੈ ਜੀ, ਬਰਸਾਤ ਦੇ ਦਿਨਾਂ 'ਚ ਸਾਡਾ ਜਿਹੜਾ ਜ਼ਮੀਨ ਦੇ ਉੱਪਰ ਕਰੇਲਾ ਹੁੰਦਾ ਜੀ ਉਹ ਖਤਮ ਹੋ ਜਾਂਦਾ। ਤਾਂ ਨੰਬਰ 2 ਹੈਗਾ ਜੀ, ਜਿਹੜਾ ਅਸੀਂ ਇਸ ਨੂੰ ਉੱਪਰ ਚੜ੍ਹਾ ਦਿੰਦੇ ਹਾਂ ਤਾਂ ਸਾਡੀ ਜਿਹੜੀ ਵੈਂਟੀਲੇਸ਼ਨ ਹੈ, ਹਵਾ ਦਾ ਜਿਹੜਾ ਕ੍ਰੋਸ ਹੈ ਉਹ ਵਧੀਆ ਹੁੰਦਾ ਹੈ, ਅਤੇ ਸਾਨੂੰ ਬਿਮਾਰੀਆਂ ਦੇ ਨਾਲ ਸਾਹਮਣਾ ਘੱਟ ਕਰਨਾ ਪੈਂਦਾ ਜੀ। ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੀ, ਸਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਨੋਰਮਲ ਕਰੇਲੇ ਨਾਲੋਂ 2 ਗੁਣਾ ਹੋ ਜਾਂਦੀ ਹੈ, ਮਤਲਬ ਤੁਸੀਂ 2 ਗੁਣਾ ਝਾੜ ਲੈ ਸਕਦੇ ਹੋ ਜੀ ਉਨੀ ਹੀ ਜਗ੍ਹਾ ਤੋਂ। ਤਾਂ ਇਸ 'ਤੇ ਜਿਹੜਾ ਤੁਹਾਡਾ ਸਪਰੇਆਂ ਦਾ ਖਰਚਾ ਹੈ ਜਾਂ ਫਰਟੀਲਾਈਜ਼ਰ ਦਾ ਖਰਚਾ ਹੈ, ਜੇ ਅਸੀਂ ਉੱਪਰ ਚੜ੍ਹਾਉਂਦੇ ਤਾਂ ਉਹ ਵੀ ਘੱਟ ਜਾਂਦਾ ਹੈ ਜੀ। ਤਾਂ ਇਸ ਸੰਬੰਧੀ ਜੇ ਤੁਹਾਡਾ ਕਿਸੇ ਦਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਜੇ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਉਹ ਵੀ ਮੈਨੂੰ ਦੇ ਸਕਦੇ ਹੋ, ਕਿਉਂਕਿ ਆਪਾਂ ਇੱਕ ਦੂਜੇ ਕੋਲ ਸਿੱਖ ਕੇ ਹੀ ਅੱਗੇ ਵਧਣਾ ਹੈ।
ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਜੀ ਹੁਣ ਕੱਦੂ ਜਾਤੀ ਜਾਂ ਕਰੇਲੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਉਣ ਦਾ ਜਿਹੜਾ ਸਾਰਾ ਖਤਰਾ, ਕਿਉਂਕਿ ਮੌਸਮ ਬਰਸਾਤ ਵਾਲਾ ਹੋਇਆ ਹੈ, ਅਤੇ ਕੱਦੂ ਜਾਤੀ ਜਾਂ ਖੀਰੇ ਜਾਤੀ ਜਾਂ ਹਦਵਾਣਾ ਜਿਨ੍ਹਾਂ ਨੇ ਲਗਾਇਆ ਹੋਇਆ ਵਾਟਰਮੈਲਨ, ਉਹਨਾਂ 'ਚ ਕਾਫੀ ਦਿੱਕਤ ਆਊਗੀ। ਤਾਂ ਉਸ ਸੰਬੰਧੀ ਜਿਹੜੀ ਪਿਛਲੀ ਵਾਰ ਮੈਂ ਪ੍ਰੋਬਲਮ ਫੇਸ ਕੀਤੀਆਂ ਸੀ, ਜਾਂ ਮੈਂ ਉਹਨਾਂ ਦਾ ਕੀ ਹੱਲ ਕੀਤਾ, ਜਾਂ ਮੇਰਾ ਆਪਣੇ ਐਕਸਪੀਰੀਅੰਸ ਦੇ ਨਾਲ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਉਹਨਾਂ ਦਾ ਕੀ ਹੱਲ ਕਰ ਸਕਦੇ ਹਾਂ ਜੀ। ਇਸ ਤੋਂ ਅੱਗੇ ਆਪਾਂ ਉਸ ਬਾਰੇ ਵੀ ਇੱਕ ਵੀਡੀਓ ਬਣਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।